देख रहे सारे ही श्रोतियों मेरे वालों चिंता परमा वालों प्यार भरी सत श्रीकाल। लखीमपुर किसान हासिल लैके जिते कि पूरे वर्ल्ड के रोस जताया जा रहा है उत्थे ही अज लुधियाना जिला लुधियाना के पेंडे कस्बा डेलो विखे अज मोदी सरकार का किसान आगुआ वालों पुतला फूका गया जिस दिन कि तुम दिखा रहे हैं अभी अब लाइव तस्वीर। योगी खट्टर मुर्दाबाद, बीजेपी की गुंडागर्दी मुर्दाबाद, बीजेपी की गुंडागर्दी मुर्दाबाद। हाँ जी सर, मैं जी हरनेक सिंह गुजरवाल जिला सकत्तर शहीद भगत सिंह नौजवान सभा। असं अज इत्थे जिहड़ा मोदी ने ते योगी ने खट्टर ने साडे ते भाजी पाई आ उहदा उहनूं मुल मोड़न वास्ते आए हाँ। तो असी कह देना चाहते हैं भी जवै बाण लाग्यो तवै रुस जाग्यो। ਸਾਡੇ ਮਨ ਦੇ ਵਿੱਚ ਇਹਨਾਂ ਨੇ ਜਿਹੜਾ ਸਾਡੇ ਤੇ ਬਾਣ ਚਲਾਇਆ ਵਾ ਉਹਦੇ ਨਾਲ ਰੋਸ ਹੋਰ ਜਾਗਿਆ। ਬੋਲੇ ਸੋਨਿਆ ਜੀ, ਗੱਲ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਦਰਦਾਂ ਆਵਾਜ਼ ਨਾਲ ਸੀਨੇ ਛੇਕ ਪੈਂਦੇ, ਛੇਕਾਂ ਆਵਾਜ਼ ਨਾਲ ਮੋਤੀ ਪਰੋਏ ਜਾਂਦੇ। ਅਤੇ ਜਦੋਂ ਸਾਡੇ ਦਰਦਾਂ ਦੇ ਵਿੱਚ ਜਿਹੜੇ ਹੁਣ ਸੀਨੇ ਛੇਕ ਪਾਏ ਨੇ ਮੋਦੀ ਨੇ ਅਤੇ ਜਿਹੜੇ ਸਾਡੇ ਇਹ ਮੋਤੀ ਅਸੀਂ ਪਰੋਵਾਂਗੇ, ਆਜ਼ਾਦੀ ਦੇ ਮੋਤੀ ਪਰੋਵਾਂਗੇ, ਜਿਹੜੇ ਕਾਲੇ ਕਾਨੂੰਨ ਨੂੰ ਵਾਪਸ ਕਰਾਉਣ ਦੇ ਮੋਤੀ ਪਰੋਵਾਂਗੇ, ਜਿਹੜੇ ਸਮਾਜਵਾਦ ਨੂੰ ਲਿਆਉਣ ਦੇ ਅਸੀਂ ਮੋਤੀ ਪਰੋਵਾਂਗੇ, ਜਿਹੜੀ ਅਸੀਂ ਮਨੁੱਖ ਤੋਂ ਲੁੱਟ ਨੂੰ ਰੋਕਣ ਦੇ ਮੋਤੀ ਪਰੋਵਾਂਗੇ, ਉਹ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ, ਸਾਡੀਆਂ ਨਸਲਾਂ ਵਾਸਤੇ, ਸਾਡੀਆਂ ਫਸਲਾਂ ਵਾਸਤੇ ਸਾਡੇ ਲਈ ਲਾਹੇਵੰਦ ਹੋਣਗੇ। ਅਤੇ ਅਸੀਂ ਇਹ ਜਿਹੜੇ ਸਾਡੇ ਸਾਥੀ ਸ਼ਹੀਦ ਹੋਏ ਆ ਜਿੱਥੇ ਉਹਨਾਂ ਨੂੰ ਮਸਤਕ ਕਰਦੇ ਹਾਂ, ਪਰ ਉਹ ਭੁੱਲੇ ਨਾ ਕਿ ਅਸੀਂ ਚਾਰ ਸ਼ਹੀਦ ਕਰਤੇ ਅਤੇ ਲੋਕ ਭੱਜ ਜਾਣਗੇ। ਚਿੰਤਾ ਨਾ ਕਰਿਓ, ਆ ਸਾਰਾ ਪੰਜਾਬ ਖੜ੍ਹਾ, ਸਾਰਾ ਹਿੰਦੁਸਤਾਨ ਖੜ੍ਹਾ ਉਹ ਸ਼ਹੀਦੀਆਂ ਪਾਉਣ ਵਾਸਤੇ, ਕੁਰਬਾਨੀਆਂ ਕਰਨ ਵਾਸਤੇ। ਚਾਹੇ ਉਹ ਕੁਰਕੀਆਂ ਕਰਾਉਣੀਆਂ ਪੈਣ, ਜੇਲ੍ਹਾਂ 'ਚ ਜਾਣਾ ਪੈਣ, ਲੋਕ ਕਦੇ ਵੀ ਪਿੱਛੇ ਨਹੀਂ ਹਟਣਗੇ। ਇਹ ਨੱਥੂ ਰਾਮ ਗੋਡਸੇ ਦੇ ਜਿਹੜੇ ਚੇਲੇ ਨੇ ਉਹਨਾਂ ਨੂੰ ਮੂੰਹ ਦੀ ਖਾਣੀ ਪਵੇਗੀ। ਅਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਵੀਰ ਸਾਹਿਬ ਕਰਦਾ ਜਿਹੜਾ ਆਪਣੇ ਆਪ ਨੂੰ ਸਾਊ ਪੁੱਤ ਕਹਾਉਂਦੇ ਨੇ, ਅਤੇ ਅਸੀਂ ਇਹਨਾਂ ਵਾਂਗੂ ਮਾਫੀਆਂ ਮੰਗ ਕੇ ਜੇਲ੍ਹਾਂ 'ਚੋਂ ਬਾਹਰ ਨਹੀਂ ਸੀ ਆਏ, ਅਸੀਂ ਉਹਨਾਂ ਜੇਲ੍ਹਾਂ ਦੇ ਤਸੀਹੇ ਚੱਲੇ ਸੀ। ਅਸੀਂ ਜਾਇਦਾਦਾਂ ਸਾਡੇ ਪੁਰਖਿਆਂ ਨੇ ਕੁਰਕ ਕਰਾਈਆਂ ਸੀ, ਅਸੀਂ ਫਾਂਸੀਆਂ 'ਤੇ ਚੜ੍ਹੇ ਸੀ। ਅਸੀਂ ਅੱਜ ਵੀ ਤਿਆਰ ਹਾਂ ਕਿ ਸਾਡੇ 'ਚ ਭਗਤ ਸਿੰਘ ਹੋਣਾ ਦਾ, ਗਦਰੀ ਬਾਬਿਆਂ ਦਾ, ਸਾਡੇ ਬਾਬੇ ਨਾਨਕ ਦੀ ਵਿਚਾਰਧਾਰਾ ਜਿਹੜੀ ਕੰਮ ਕਰਦੀ ਆ, ਅਸੀਂ ਉਹਨਾਂ ਸ਼ਹੀਦਾਂ ਦੇ ਖੂਨ ਦਾ ਮੁੱਲ ਮੋੜਾਂਗੇ। ਹਾਂਜੀ ਸਰ, ਮੈਂ ਜਗਤਾਰ ਸਿੰਘ ਜਮਹੂਰੀ ਕਿਸਾਨ ਸਾਹਿਬ ਵੱਲੋਂ ਜੋ ਅੱਜ ਹਿੰਦੁਸਤਾਨ ਦੇ ਵਿੱਚ ਮੋਦੀ ਸਰਕਾਰ ਗੋਦੀ ਸਰਕਾਰ ਨੇ ਕੀਤਾ, ਸਾਡੀ ਇੱਕ ਬਹੁਤ ਬੜੀ ਸਾਡੇ ਆਜ਼ਾਦੀ ਦੇ ਲੜੀ ਆ। ਸਾਡੇ ਅਸੀਂ ਕਹਿੰਦੇ ਹੁੰਦੇ ਸੀਗੇ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਸੱਚੀ ਮੁੱਚੀ ਸਾਡੇ ਅੱਜ ਰੌਂਗਟੇ ਖੜ੍ਹੇ ਹੋ ਰਹੇ ਆ ਕਿ ਸਾਡੇ ਕਿਸਾਨਾਂ ਦੇ ਬੱਚੇ ਆ ਜਿਹੜੇ ਉੱਥੇ ਸ਼ਹੀਦ ਕਰ ਦਿੱਤੇ ਗਏ ਆ। ਅਸੀਂ ਇਕੱਲੇ ਇਕੱਲੇ ਕਤਰੇ ਦਾ ਮੁੱਲ ਹੈ ਕਿ ਸਰਕਾਰ ਤੋਂ ਛੱਡਾਂਗੇ, ਮਤਲਬ ਸਰਕਾਰ ਨੂੰ ਸੁਣਨੀ ਨਹੀਂ ਛੱਡਾਂਗੇ। ਜਦ ਤੱਕ ਸਾਡੇ ਵਿੱਚ ਕਤਰਾ ਕਤਰਾ ਖੂਨ ਦਾ ਬਾਕੀ ਆ, ਅਸੀਂ ਇਹ ਜ਼ਾਲਮ ਸਰਕਾਰ ਨੂੰ, ਸਿਸਟਮ ਨੂੰ, ਇਹ ਲਟੇਰਾ ਸਿਸਟਮ ਨੂੰ ਅਸੀਂ ਜੋ ਕਿਸਾਨਾਂ ਦੇ ਉੱਪਰ, ਮਜ਼ਦੂਰਾਂ ਦੇ ਉੱਪਰ ਤਸ਼ੱਦਦ ਕਰਦਾ, ਇੱਦੋਂ ਬੜਾ ਹੱਕ ਕਿੱਥੇ ਹੋ ਸਕਦਾ ਕਿ ਸਿੱਧੀਆਂ ਗੋਲੀਆਂ ਠਹਿਰ ਕਰ ਰਿਹਾ ਉਹ ਅਤੇ ਸੜਕਾਂ ਦੇ ਉੱਪਰ ਚੜ੍ਹ ਰਿਹਾ। ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ, ਜਿਵੇਂ ਅੱਜ ਦਾ ਅੰਦੋਲਨ ਆ ਸਾਡੇ 'ਚ ਗੁੱਸਾ ਦਿਖ ਰਿਹਾ ਕਿ ਅਸੀਂ ਇਸ ਕੌਮ ਆ ਜਿਹੜੀ ਇਹ ਸ਼ਹੀਦਾਂ ਦਾ ਪਾਈਆ ਮੁੱਲ ਲੈ ਕੇ ਅਸੀਂ ਇਹਨਾਂ ਦਾ ਉਧਾਰ ਮੋੜਾਂਗੇ ਨਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਅਡਾਨੀਆਂ ਦੇ ਮੋਰਚੇ ਤੋਂ ਡੇਲੋਂ ਆਏ ਹਾਂ, ਮਾਰਚ ਕੀਤਾ ਇੱਥੇ ਮੋਦੀ ਦਾ ਪੁਤਲਾ ਫੂਕਣਾ। ਜਿਹੜਾ ਇਹਨਾਂ ਦੇ ਦਿਲ ਦੇ ਵਿੱਚ ਸੀ ਉਹ ਬਾਹਰ ਆ ਗਿਆ। ਜਿਹੜਾ ਗ੍ਰਹਿ ਰਾਜ ਮੰਤਰੀ ਆ ਹਿੰਦੁਸਤਾਨ ਦਾ, ਉਹ ਕਹੇ ਮੈਂ ਇਹਨਾਂ ਨੂੰ ਸਬਕ ਸਿਖਾ ਦੂੰਗਾ, ਪਹਿਲਾਂ ਮੈਨੂੰ ਦੱਸਣ MLA MP ਮੈਂ ਬਾਅਦ 'ਚ ਆਇਆ, ਪਹਿਲਾਂ ਬਦਮਾਸ਼ ਹਾਂ ਮੈਂ। ਇਹੀ ਗੱਲ ਕੱਲ੍ਹ ਖੱਟਰ ਨੇ ਕਹੀ ਆ ਬਈ ਡਾਂਗ ਨਾਲ ਮੈਂ ਇਹਨਾਂ ਨੂੰ ਲੋਟ ਕਰ ਦੂੰ, ਜੱਟਾਂ ਨੂੰ ਜਿੱਥੇ ਮਰਜ਼ੀ ਆ ਜੇ, ਅੱਜ ਅਸੀਂ ਵੀ ਝੰਡਾ ਲਾ ਕੇ ਡਾਂਗ ਫੜ ਲਈ, ਜਿੱਥੇ ਮਰਜ਼ੀ ਦੇਖ ਲੈਣ ਇਹ ਅੱਤਿਆਚਾਰੀਆਂ ਸਰਕਾਰਾਂ ਨੇ, ਇਹਨਾਂ ਨੂੰ ਅਸੀਂ ਨੇੜੇ ਨਹੀਂ ਲੱਗਣ ਦੇਵਾਂਗੇ। ਤਿੰਨੇ ਕਾਲੇ ਕਾਨੂੰਨ ਵਾਪਸ ਕਰਕੇ ਸ਼ਹੀਦਾਂ ਦਾ ਜਿਹੜਾ ਖੂਨ ਆ ਇਹਦਾ ਮੁੱਲ ਲਵਾਂਗੇ। ਇਹ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਸਾਡਾ ਹੀ ਪੰਜਾਬ ਦਾ ਖੂਨ ਡੋਲਿਆ, ਇਹਨਾਂ ਨੇ ਕੀ ਡੋਲਿਆ, ਕਿਹੜਾ ਗੁਜਰਾਤੀ ਨੂੰ ਫਾਂਸੀ ਲੱਗੀ ਆ। ਅਤੇ ਇੰਨਾ ਹੀ ਕਹਿੰਦਾ ਹੋਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘਟਨਾ ਹੋਈ ਹੈ, ਅਸੀਂ ਉਸ ਹਰੀਪੁਰ ਜੋ ਨਿਖੇਧੀ ਕਰਦੇ ਹਾਂ, ਅਤੇ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਨੇ ਅਸੀਂ ਉਹਨਾਂ ਨੂੰ ਨਤਮਸਤਕ ਹੁੰਦੇ ਹਾਂ। ਜਿਨ੍ਹਾਂ ਜਿਸ ਸਰਕਾਰ ਕਰਕੇ ਵੈਸੀ ਦੇ ਰਹਿੰਦਿਆਂ ਦੀ ਬੇਦਰਦ ਜਿਹੜੀ ਉਹਨਾਂ ਨੇ ਮੌਤ ਦਿੱਤੀ ਆ, ਉਹਨਾਂ ਨੂੰ ਆਪਣੀ ਗੱਡੀ ਥੱਲੇ ਦੇ ਕੇ ਅਸੀਂ ਉਸ ਕਰਕੇ ਸਰਕਾਰ ਨੂੰ ਫਿੱਟ ਲਾਉਣ ਤਾਂ ਦਿੰਦੇ ਹਾਂ। ਅਤੇ ਪਰ ਇਹ ਸਾਡੇ 'ਤੇ ਜੋ ਮਰਜ਼ੀ ਜ਼ੁਲਮ ਢਾਈ ਜਾਣ, ਇਸ ਜ਼ਾਲਮ ਸਰਕਾਰ ਦਾ ਹੁਣ ਜਿਹੜਾ ਲੋਕ ਵਿਰੋਧੀ ਚਿਹਰਾ ਉਹ ਨੰਗਾ ਹੋ ਗਿਆ। ਜੋ ਸਾਡੇ 'ਤੇ ਮਰਜ਼ੀ ਜ਼ੁਲਮ ਢਾਉਣ, ਪਰ ਇਹ ਲੋਕ ਕੋਲ ਹੋਰ ਤਿੱਖਾ ਹੋਵੇਗਾ ਅਤੇ ਹੋਰ ਲੋਕ ਰੋਜ਼ ਆ ਕੇ ਇਸ ਕਿਸਾਨ ਸੰਘਰਸ਼ ਵਿੱਚ ਹੋਰ ਵੱਧ ਤੋਂ ਵੱਧ ਹਮਾਇਤ ਦੇਣਗੇ।
हाँ जी जिहड़ा कल साडे नौजवानां नाल हादसा होया इह इह सरकारां दा करिया कराया सारा कुछ पर असीं इह चैलेंज करदे हां सरकारां नाल जिहड़ा साडे नौजवानां दा साडे वीरां दा साडे पुत्तां दा इह खून टलदा वा असीं इह खून दा बदला जरूर लवांगे ਇਹ ਖੂਨ ਦਾ ਬਦਲਾ ਲਏ ਬਿਨਾਂ ਅਸੀਂ ਨਹੀਂ ਉੱਠਾਂਗੇ ਪਰ ਮੇਰੇ ਤੋਂ ਹੋਰ ਗੱਲ ਨਹੀਂ ਹੁੰਦੀ ਹਾਂਜੀ ਹਾਂਜੀ ਜਿਹੜੀ ਲਖੀਮਪੁਰ ਦੇ ਵਿੱਚ ਬੜੀ ਹੀ ਦਰਦਨਾਕ ਜਿਹੜੀ ਘਟਨਾ ਵਾਪਰੀ ਆ ਸਾਡੇ ਕਿਸਾਨ ਵੀਰਾਂ 'ਤੇ ਤਸ਼ੱਦਦ ਢਾਇਆ ਗਿਆ ਅਤੇ ਜਿੰਨਾ ਘਰਾਂ ਦੇ ਚਿਰਾਗ ਬੁੱਝ ਗਏ ਸੋਚੋ ਉਹਨਾਂ 'ਤੇ ਕੀ ਬੀਤਰੀ ਹੋਣੀ ਅੱਜ ਪਰ ਅਸੀਂ ਇੱਕ ਵਾਅਦਾ ਕਰਦੇ ਉਹਨਾਂ ਆਪਣੇ ਭਰਾਵਾਂ ਨਾਲ ਜਿਨ੍ਹਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡਾ ਡੁੱਲਿਆ ਖੂਨ ਆ ਜਿਹੜਾ ਅਜਾਈ ਨਹੀਂ ਜਾਣ ਦੇਵਾਂਗੇ ਚਾਹੇ ਸਾਨੂੰ ਆਪਣੀਆਂ ਜਾਨਾਂ ਦੇਣੀਆਂ ਪੈਣ ਪਰ ਅਸੀਂ ਆਉਣ ਵਾਲੇ ਟਾਈਮਾਂ 'ਚ ਜਿੰਨਾ ਆਹ ਚੀਜ਼ਾਂ ਲਈ ਤੁਸੀਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਇਹਨਾਂ ਨੂੰ ਜਾਇਆ ਨਹੀਂ ਜਾਣਦਾ ਵਾ ਚਾਹੇ ਸਾਨੂੰ ਜਾਨਾਂ ਦੇਣੀਆਂ ਪੈਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਦੋਸਤੋ ਬੜੇ ਅਫਸੋਸ ਨਾਲ ਦੁੱਖ ਨਾਲ ਔਰ ਭਰੇ ਮਨ ਨਾਲ ਇਹ ਕਹਿਣਾ ਪੈ ਰਿਹਾ ਜੋ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਹੋਈ ਹੈ ਉਹ ਜ਼ੁਲਮ ਦੀ ਹੱਦ ਹੈ ਮਤਲਬ ਕੀੜੇ ਮਕੌੜੇ ਸਮਝਦੇ ਨੇ ਸੱਤਾ ਦੇ ਨਸ਼ੇ 'ਚ ਆ ਕੇ ਜਿਹੜੇ ਸੱਤਾਧਾਰੀ ਲੋਕ ਨੇ ਇਹ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝਣ ਲੱਗ ਗਏ ਪਹਿਲਾਂ ਦਿੱਲੀ ਜਾਣ ਵੇਲੇ ਸੜਕਾਂ ਪੱਟੀਆਂ ਸੜਕਾਂ 'ਤੇ ਕਿੱਲ ਗੱਡੇ ਅਤੇ ਹੁਣ ਆਪਣੀਆਂ ਕਾਰਾਂ ਗੱਡੀਆਂ ਨਾਲ ਕਿਸਾਨਾਂ ਨੂੰ ਕੁਚਲਣ ਲੱਗ ਗਏ ਗੋਲੀਆਂ ਚਲਾਉਣ ਲੱਗ ਗਏ ਨਸ਼ਾ ਸੱਤਾ ਦਾ ਅਤੇ ਉੱਤੋਂ ਉੱਥੇ ਕਿਸੇ ਨੂੰ ਜਾਣ ਵੀ ਨਹੀਂ ਦਿੱਤਾ ਜਾਂਦਾ ਕੋਈ ਵਿਰੋਧੀ ਧਿਰ ਦਾ ਨੇਤਾ ਜਾਂ ਕੋਈ ਕੋਈ ਰਿਸ਼ਤੇਦਾਰ ਉਹਨਾਂ ਦੇ ਜਾਂ ਕੋਈ ਜਿਨ੍ਹਾਂ ਦੇ ਮੌਤਾਂ ਹੋ ਗਈਆਂ ਜਾਂ ਜ਼ਖਮੀ ਹੋਏ ਨੇ ਕਿ ਪਤਾ ਲੈ ਕੇ ਲੈ ਸਕਣ ਉਹਨਾਂ ਦਾ ਨਾ ਸਾਰਾ ਲਖੀਮਪੁਰ ਦਾ ਏਰੀਆ ਸੀਲ ਕਰਤਾ ਉੱਥੇ ਇੰਟਰਨੈਟ ਬੰਦ ਕਰਤਾ ਇਹ ਮੈਂ ਫਿਰ ਕਹਿਣਾ ਇਹ ਜ਼ੁਰਮ ਦੀ ਹੱਦ ਹੈ ਔਰ ਭਾਜਪਾ ਦੇ ਜਿਹੜੇ ਲੀਡਰ ਨੇ ਬੜਬੋਲੇ ਲੀਡਰ ਨੇ ਉਹ ਕਦੇ ਗੁੰਡੇ ਕਦੇ ਮਵਾਲੀ ਕਦੇ ਨਕਸਲੀ ਕਦੇ ਪਤਾ ਨਹੀਂ ਕੀ ਜਿਹੜੇ ਨੇ ਟੈਗ ਦਿੰਦੇ ਰਹੇ ਨੇ ਕਿਸਾਨਾਂ ਨੂੰ ਉਹਨਾਂ ਦੇ ਚਮਚੇ ਅਤੇ ਉਹਨਾਂ ਦੇ ਧੀਆਂ ਪੁੱਤ ਜਿਹੜੇ ਕਾਕੇ ਨੇ ਉਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਬਤੌਰ ਮੈਂਬਰ ਪਾਰਲੀਮੈਂਟ ਸੰਗਰੂਰ ਮੈਂ ਨਿਖੇਧੀ ਕਰਦਾ ਔਰ 302 ਜਿਨ੍ਹਾਂ ਜਿਨ੍ਹਾਂ ਨੇ ਗੱਡੀਆਂ ਚੜ੍ਹਾਈਆਂ ਜਿਨ੍ਹਾਂ ਜਿਨ੍ਹਾਂ ਨੇ ਗੱਡੀਆਂ ਚੜ੍ਹਾਉਣ ਵਾਸਤੇ ਪ੍ਰੇਰਿਤ ਕੀਤਾ ਅਤੇ ਗੋਲੀਆਂ ਚਲਾਈਆਂ ਦਫ਼ਾ 302 ਤੋਂ ਘੱਟ ਕੋਈ ਹੋਰ ਧਾਰਾ ਮਨਜ਼ੂਰ ਨਹੀਂ ਔਰ ਦੇਖੋ ਦੇਸ਼ ਦਾ ਗ੍ਰਹਿ ਰਾਜ ਮੰਤਰੀ ਹੈ ਉਹਨਾਂ ਦੇ ਬੇਟੇ ਨੇ ਜਿਨ੍ਹਾਂ ਦੇ ਅੰਡਰ ਪੁਲਿਸ ਹੈ ਇਸ ਤੋਂ ਵੱਡੀ ਗੁੰਡਾਗਰਦੀ ਹੋ ਸਕਦੀ ਹੈ
सो यह अन्नदात्यां दे उत्ते जिहड़ा जुल्म होया उहदी सख्त शब्दां च निखेधी करदे आं। 700 दे करीब तां जानां पहली जा चुकियां ने ते हुण इह आपदियां कारां गड्डियां राहीं कुचलण लग गए, गोलियां चलाउण लग गए। इस तों माड़ा कुछ नहीं हो सकता। सो वीरो इस घटना की जिथे भी तुसीं बैठे हो जिवें भी तुसीं कर सकदे हो निखेधी करो ताकि इंटरनेशनल पद्धर ते यूएन लैवल ते गल जावे कि जिहड़ा भारत की सरकार है वह दमगजे मार दी है। लोकतंत्र है साढ़े कोल, लोकतंत्र है, बिगेस्ट लोकतंत्र है। इत्थे कोई लोकतंत्र नहीं, इत्थे डंडा तंत्र है, इत्थे गोली तंत्र है। सो यह गल जानी चाहिए इंटरनेशनल लैवल ते कि भारत दे विच किवें जुल्म हो रहे ने, किवें बच्चे बुढ़े बजुर्ग साढ़े नौजवान कि Okay.